ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ MSWU Study 24 ਜੋ ਦੇ ਚੱਲ ਰਿਹਾ ਹੈ MSWU Study for Job। ਔਰ ਗੱਲ ਕਰਾਂਗੇ ਪੰਜਾਬੀ ਮਾਸਟਰ ਕੈਡਰ ਦੀ ਔਰ ਜਿੱਤੇ 5000 ਕੁਐਸਚਨ ਦੀ ਜਿਹੜੀ ਸੀਰੀ ਇਸ ਤੁਹਾਡੇ ਲਈ ਚੱਲ ਰਹੀ ਹੈ ਔਰ ਅੱਜ ਦਾ ਲੈਕਚਰ ਤੁਹਾਡੇ ਲਈ ਲੈ ਕੇ ਆਜਾ ਰਹੇ ਹਾਂ 12th। ਔਰ 12ਵਾਂ ਲੈਕਚਰ ਤੁਹਾਡੇ ਲਈ ਹੈਗਾ ਇਸ ਤੋਂ ਪਹਿਲਾਂ ਜਿੰਨੇ ਲੈਕਚਰ ਬਣ ਚੁੱਕੇ ਔਰ ਜਿੰਨੇ ਉਹ ਲੈਕਚਰ ਨਹੀਂ ਦੇਖੇ ਔਰ ਸਭ ਤੋਂ ਪਹਿਲਾਂ ਤੁਸੀਂ ਉਹ ਲੈਕਚਰ ਦੇਖਿਓ ਤਾਂ ਹੀ ਅੱਜ ਦਾ ਲੈਕਚਰ ਦੇਖਣ ਦਾ ਤੁਹਾਡੇ ਲਈ ਫਾਇਦਾ ਹੋਵੇਗਾ। ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਰੇ ਤੁਹਾਨੂੰ ਪਹਿਲਾਂ ਵਾਲੇ ਲੈਕਚਰ 11 ਦੇ 11 ਮ ਔਰ ਹਰ ਲੈਕਚਰ ਦੇ ਤੁਹਾਨੂੰ 10 ਕੁਐਸਚਨ ਮਿਲਣਗੇ ਠੀਕ ਹੈ ਜੀ 5000 ਕੁਐਸਚਨ ਪੂਰੇ ਕਰਾਈ ਜਾਣਗੇ ਇਸ ਚੈਨਲ ਤੇ ਔਰ ਜੋ ਫਸਟ ਟਾਈਮ ਵੇਸਟ ਕਰਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਸ ਨੂੰ ਜਰੂਰ ਦਬਲਿਓ ਤਾਂ ਕਿ ਜਦੋਂ ਵੀ ਕੋਈ ਨਵਾਂ ਵੀਡੀਓ ਲੈ ਕੇ ਆਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ ਫਸਟ ਹੋਏਗਾ ਦੀਵਾ ਬਲੇ ਸਾਰੀ ਰਾਤ ਦਾ ਰਚੇਤਾ ਹੈ ਦੀਵਾ ਬਲੇ ਸਾਰੀ ਰਾਤ ਦਾ ਰਚੇਤਾ ਇੱਕ ਰਚਨਾ ਹੈਗੀ ਆ ਦਿਵਿੰਦਰ ਨਾਥ ਸਥਿਆਰਤੀ ਹੋਏਗਾ ਜਸਵਿੰਦਰ ਸਿੰਘ ਹੋਏਗਾ ਬਨਜਾਰਾ ਵੇਦੀ ਹੋਏਗਾ ਜਗਿੰਦਰ ਸਿੰਘ ਕੈਰੂ ਹੋਏਗਾ ਦਵਿੰਦਰ ਸਥਿਆਰਥੀ ਇਸ ਦਾ ਆਨਸਰ ਹੋਏਗਾ ਦਵਿੰਦਰ ਸਥਿਆਰਥੀ ਨੈਕਸਟ ਗੱਲ ਕਰ ਲੈਨੇ ਆ ਨੈਕਸਟ ਅਗੇ ਸੱਭਿਆਚਾਰ ਵਿੱਚ ਪਰਵਰਤਨ ਸੱਭਿਆਚਾਰ ਵਿੱਚ ਪਰਵਰਤਨ ਕਿੱਦਾਂ ਆਉਂਦਾ ਹੈ ਤੇਜ਼ੀ ਨਾਲ ਆਉਂਦਾ ਹੈ ਸੰਭਵ ਨਹੀਂ ਹੈ ਹੌਲੀ-ਹੌਲੀ ਆਉਂਦਾ ਔਰ ਕੋਈ ਵੀ ਠੀਕ ਨਹੀਂ ਹੈ ਦੇਖੋ ਸੱਭਿਆਚਾਰ ਵਿੱਚ ਪਰਵਰਤਨ ਤਾਂ ਆਉਂਦੀ ਹੀ ਹੈ ਤਾਂ ਚਾਰ ਨੰਬਰ ਕੱਟ ਗਿਆ ਕੋਈ ਵੀ ਠੀਕ ਨਹੀਂ ਇੱਕ ਕੱਟ ਗਿਆ ਔਰ ਸੰਭਵ ਨਹੀਂ ਇਹ ਵੀ ਕੱਟ ਗਿਆ ਤੁਹਾਡੇ ਕੋਲ ਦੋ ਆਪਸ਼ਨ ਹੈਗੀਆਂ ਨੇ ਠੀਕ ਹੈ ਤੁਹਾਡਾ ਥੋੜੀ ਜਿਹੀ ਮਾਈਂਡ ਪਾਵਰ ਇਥੇ ਕੰਮ ਕਰੇ ਤਾਂ ਬਿਲਕੁਲ ਆਸਾਨ ਆਨਸਰ ਹੈਗਾ ਕਿਉਂਕਿ ਕੋਈ ਵੀ ਸੱਭਿਆਚਾਰਾ ਦੁਨੀਆ ਦਾ ਉਹ ਜਿਹੜਾ ਇੱਕੋ ਲਖਤ ਜਿਹੜਾ ਨਹੀਂ ਬਦਲ ਸਕਦਾ ਹੌਲੀ-ਹੌਲੀ ਜਿਹੜਾ ਸਮਾਂ ਪਾਕੀ ਜਿਹੜਾ ਸੱਭਿਆਚਾਰ ਵਿੱਚ ਤਬਦੀਲੀ ਆਉਂਦੀਆਂ ਤਾਂ ਇਸ ਲਈ ਜਿਹੜਾ ਆਨਸਰ ਹੋਏਗਾ ਹੌਲੀ-ਹੌਲੀ ਹੀ ਜਿਹੜਾ ਪਰਵਰਤਨ ਆਉਂਦਾ ਕਿਸੇ ਵਿੱਚ ਸੱਭਿਆਚਾਰ ਦੇ ਵਿੱਚ ਨੈਕਸਟ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਆਪਣੇ ਪੰਜਾਬ ਦੇ ਪੰਜਾਬੀ ਸੱਭਿਆਚਾਰ ਵਿੱਚ ਜਿਹੜਾ ਪੱਛਮੀ ਸੱਭਿਆਚਾਰ ਜਿਸ ਦੀ ਕੁਝ ਰਲਬਟਾਂ ਹੋਈਆਂ ਨੇ ਅ ਅੱਜ ਕੱਲ ਜਿਵੇਂ ਕਿ ਲੋਕ ਪੰਜਾਬ ਦੇ ਲੋਕ ਵੀ ਜਿਹੜੇ ਸ਼ਰਟਾਂ ਪਾਉਂਦੇ ਨੇ ਔਰ ਜੀਨਸ ਪਾਉਂਦੇ ਨੇ ਠੀਕ ਹੈ ਟੀ-ਸ਼ਰਟ ਵਗੈਰਾ ਔਰ ਇੰਗਲਿਸ਼ ਜਿਹੜੇ ਗਾਣੇ ਸੁਣਨ ਲੱਗ ਪਏ ਨੇ ਠੀਕ ਹੈ ਇਹ ਸਾਰਾ ਪ੍ਰੋਸੈਸ ਕੀ ਹੈ ਪੱਛਮੀ ਸੱਭਿਆਚਾਰ ਦਾ ਪ੍ਰੋਸੈਸ ਹੈਗਾ ਜੋ ਕਿ ਪੰਜਾਬ ਦੇ ਸੱਭਿਆਚਾਰ ਵਿੱਚ ਇੱਕ ਬਦਲ ਦਾ ਰੂਪ ਦਿਖ ਰਹੇ ਆ ਆਪਾਂ ਠੀਕ ਹੈ ਤਾਂ ਇਹ ਕੋਈ ਇੱਕ ਦਿਨ ਚ ਹੀ ਨਹੀਂ ਹੋ ਗਿਆ ਕਿ ਇੱਕ ਦਿਨ ਚ ਹੀ ਸਾਰੇ ਇੰਗਲਿਸ਼ Song ਸੁਣਨ ਲੱਗੇ ਔਰ ਜਾਂ ਇੰਗਲਿਸ਼ ਦੇ ਵਰਡ ਜਿਹੜੇ ਪੰਜਾਬੀ ਵਿੱਚ ਵਰਤਣ ਲੱਗੇ ਔਰ ਜਾਂ ਇੱਕ ਦਿਨ ਚ ਜਿਹੜੇ jeans ਔਰ t-shirt ਸਪਾਉਣ ਲੱਗੇ ਤਾਂ ਇਹ ਸਾਰਾ ਪ੍ਰੋਸੈਸ ਹੌਲੀ-ਹੌਲੀ ਹੋਇਆ ਔਰ ਅਨੇਕਾਂ ਸਾਲਾਂ ਦੇ ਵਿੱਚ ਹੋਇਆ ਠੀਕ ਹੈ ਇਸੇ ਲਈ ਜਿਹੜਾ ਸੱਭਿਆਚਾਰ ਵਿੱਚ ਬਦਲਾਅ ਜਿਹੜਾ ਹੁੰਦਾ ਹੈ ਸਿਰਫ ਹੌਲੀ-ਹੌਲੀ ਹੀ ਆਉਂਦਾ ਹੋਏਗਾ ਠੀਕ ਹੈ ਨੈਕਸਟ ਗੱਲ ਕਰਦੇ ਹਾਂ ਸਾਹਿਤ ਦੀ ਇਤਿਹਾਸਕਾਰੀ ਦਾ ਮਨੋਰਥ ਹੈ ਸਾਹਿਤ ਦੀ ਇਤਿਹਾਸਕਾਰੀ ਦਾ ਕੀ ਮਨੋਰਥ ਹੋਏਗਾ ਤਾਂ ਮਨੋਰਥ ਮੇਨ ਹੋਏਗਾ ਸਾਹਿਤਕ ਪਾਠਾਂ ਦੀ ਕਾਲ ਕਰਮਕਤਾ ਦਾ ਨਿਰਧਾਰਨ ਕਰਨਾ ਔਰ ਸਾਹਿਤਕ ਤੱਤਾਂ ਦੀ ਵਿਕਾਸ ਪ੍ਰਕਿਰਿਆ ਦਾ ਅਧਿਐਨ ਕਰਨਾ ਦੁਰਲਭ ਸਾਹਿਤਕ ਗ੍ਰੰਥ ਦੀ ਖੋਜ ਕਰਨਾ ਔਰ ਇੰਨਾਂ ਵਿੱਚੋਂ ਕੋਈ ਨਹੀਂ ਤਾਂ ਆਨਸਰ 1 ਇੱਕ ਹੀ ਹੋਏਗਾ ਸਦਾ ਉਹ ਹੈਗਾ ਫਸਟ ਨੰਬਰ 1 ਠੀਕ ਹੈ ਸਾਹਿਤਕ ਪਾਠਾਂ ਦੀ ਕਲਾ ਕਾਲ ਕਰਮਕਤਾ ਦਾ ਨਿਰਧਾਰਨ ਕਰਨਾ ਠੀਕ ਹੈ ਨੈਕਸਟ ਗੱਲ ਕਰ ਲੈਂਦੇ ਹਾਂ ਸਹਿਤ ਦੀ ਕਾਲ ਬੰਦ ਦਾ ਵਿਗਿਆਨਕ ਆਧਾਰ ਹੈ ਸਹਿਤ ਦੀ ਕਾਲ ਬੰਦ ਦਾ ਵਿਗਿਆਨਕ ਆਧਾਰ ਕੀ ਹੈਗਾ ਸਾਹਿਤਿਕ ਪ੍ਰਵਿਰਤੀਆਂ ਦੀ ਨਿਰੰਤਰਤਾ ਸਾਹਿਤਿਕ ਕਾਲਕਰਮ ਦੀ ਨਿਰੰਤਰਤਾ ਔਰ ਸਾਹਿਤਿਕ ਵਿਚਾਰਧਾਰਾ ਦੀ ਨਿਰੰਤਰਤਾ ਔਰ ਸਾਹਿਤਿਕ ਕਲਾ ਤੇ ਸ਼ੈਲੀ ਦੀ ਨਿਰੰਤਰਤਾ ਰਾਈਟ ਆਨਸਰ ਹੋਵੇਗਾ ਨੰਬਰ 1 ਸਾਹਿਤਿਕ ਪ੍ਰਵਿਰਤੀਆਂ ਦੀ ਨਿਰੰਤਰਤਾ ਦੇ ਨਾਲ ਹੀ ਜਿਹੜਾ ਸਾਹਿਤੀ ਕਾਲਵੰਡ ਦਾ ਵਿਗਿਆਨਕ ਆਧਾਰ ਇਸ ਨੂੰ ਮੰਨਿਆ ਜਾ ਸਕਦਾ ਹੈ ਨੈਕਸਟ ਮੁੱਢਲੇ ਆਰਿਆ ਦੇ ਸੱਭਿਆਚਾਰ ਨੂੰ ਜਾਣਨ ਦਾ ਪ੍ਰਮੁੱਖ ਸੂਮਾ ਹੈ ਦੇਖੋ ਮੁੱਢਲੇ ਆਰਿਆ ਆਰਿਆ ਦਾ ਜਿਹੜਾ ਦੋ ਪਾਕ ਸੀ ਇੱਕ ਉੱਤਰ Vedic ਕਾਲ ਦੀ ਆ ਰਹੀ ਸੀ ਇੱਕ ਪੂਰਵ Vedic ਕਾਲ ਦੀ ਆ ਰਹੀ ਸੀ ਠੀਕ ਹੈ ਤਾਂ ਜਿਹੜੇ ਮੁੱਢਲੇ ਆ ਰਹੀਆ ਸੀ ਤਾਂ ਉਹਨਾਂ ਦੇ ਸੱਭਿਆਚਾਰ ਨੂੰ ਜਾਣਨ ਦਾ ਜਿਹੜਾ ਪ੍ਰਮੁੱਖ ਸੋਮਾ ਹੋਏਗਾ ਉਹ ਕੀ ਹੋਏਗਾ ਬਾਲਮਿਕ ਰਮਾਇਣ ਹੋਏਗਾ ਪ੍ਰਾਣ ਹੋਏਗਾ ਉਪਨਿਸ਼ਦ ਹੋਏਗਾ ਔਰ ਰਿਗਵੇਦ ਹੋਏਗਾ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਨੰਬਰ 3 ਰਿਗਵੇਦ ਕਿਉਂਕਿ ਰਿਗਵੇਦ ਹੀ ਆਰੀਆਂ ਦਾ ਸਭ ਤੋਂ ਪੁਰਾਣਾ ਦੇ ਪਵਿੱਤਰ ਧਾਰਮਿਕ ਗ੍ਰੰਥ ਮੰਨਿਆ ਜਾਂਦਾ ਹੈ ਨੈਕਸਟ ਦੇਖਦੇ ਹਾਂ ਸ਼ਿੰਗਾਰ ਰਸ ਦਾ ਸਥਾਈ ਭਾਵ ਕਿਹੜਾ ਹੈ ਸ਼ਿੰਗਾਰ ਰਸ ਦਾ ਸਥਾਈ ਭਾਵ ਕਿਹੜਾ ਹੈਗਾ ਇਹ ਸਾਰੇ ਹੀ ਜਿੰਨੇ ਰਸ ਹੈਗੇ ਤੁਸੀ ਸ਼ਾਂਤ ਰਸ, ਕਰੋਨਾ ਰਸ, ਸ਼ਿੰਗਾਰ ਰਸ ਇਹਨਾਂ ਦੇ ਜਿਹੜੇ ਸਥਾਈ ਭਾਵ ਤੁਹਾਡੇ ਯਾਦ ਹੋਣੇ ਚਾਹੀਦੇ ਤਾਂ ਉਸ ਦੀ ਵੀ ਜਿਹੜੀ ਰਸ ਦੇ ਤੌਰ ਤੇ ਤੁਹਾਨੂੰ ਲੱਗ ਗਈ ਜਿਹੜੀਆਂ ਔਰ ਪੰਜਾਬੀ ਗ੍ਰਾਮ ਦੇ ਵਿੱਚ ਵੀ ਜਿਹੜੀਆਂ ਵੀਡੀਓ ਮਿਲ ਜਾਣਗੀਆਂ ਠੀਕ ਹੈ ਤੁਸੀਂ ਥੋੜਾ ਜਿਹਾ ਵੇਟ ਕਰੋ ਔਰ ਗੱਲ ਕਰਾਂਗੇ ਇਸ ਦੇ ਵਿੱਚ ਸ਼ਿੰਗਾਰ ਰਸ ਦਾ ਜਿਹੜਾ ਸਥਾਈ ਭਾਵ ਕਿਹੜਾ ਹੈਗਾ ਤਾਂ ਇਸ ਦਾ ਅਨਸਰ ਹੋਏਗਾ ਹੈਰਾਨੀ ਹੋਏਗਾ ਰਤੀ ਹੋਏਗਾ ਔਰ ਉਤਸ਼ਾਹ ਹੋਏਗਾ ਬਿਰਹਾ ਹੋਏਗਾ ਤਾਂ ਇਸ ਦਾ ਰਾਈਟ ਅਨਸਰ ਹੋਏਗਾ ਨੰਬਰ ਦੋ ਰਤੀ ਠੀਕ ਹੈ ਹਰਾਨੀ ਨਹੀਂ ਹੁੰਦੀ ਸ਼ਿੰਗਾਰ ਰਸ ਨਾਲ ਕੋਈ ਇਤਸ਼ਾਹ ਨਹੀਂ ਹੁੰਦਾ ਔਰ ਬੇਰਾਨੀ ਨਹੀਂ ਹੁੰਦੀ ਔਰ ਰਤੀ ਹੋਏਗਾ ਠੀਕ ਹੈ ਇਸ ਤਰ੍ਹਾਂ ਅਨਸਰ ਨੈਕਸਟ ਹੋਏਗਾ ਔਰ ਬਿਕਰੋਕਤੀ ਦਾ ਸੰਕਲਪ ਕਿਸ ਸਾਹਿਤਿਆਚਾਰੀ ਆ ਦੀ ਦੇਣ ਹੈ ਬਿਕਰੋਕਤੀ ਦਾ ਸੰਕਲਪ ਜਿਹੜਾ ਕਿਸ ਸਾਹਿਤਿਆਚਾਰੀ ਆ ਦੀ ਦੇਣ ਹੈਗੀ ਹੈ ਤਾਂ ਇਸ ਦਾ ਰਾਈਟ ਅਨਸਰ ਹੋਏਗਾ ਨੰਬਰ 3 ਕੁੰਤਕ ਨੈਕਸਟ ਸ਼ਾਂਤ ਰਸ ਦਾ ਸਥਾਈ ਭਾਵ ਹੈਗਾ ਦੇਖੋ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰਸਾਂ ਦੇ ਸਾਰੇ ਦੇ ਸਥਾਈ ਭਾਵ ਤੁਹਾਨੂੰ ਯਾਦ ਹੋਣੇ ਚਾਹੀਦੇ ਔਰ 10 ਦੇ ਲਗਭਗ ਜਿਹੜੇ ਰਸਾਂ ਦੀ ਗਿਣਤੀ ਹੋਏਗੀ ਔਰ ਉਸ ਦੇ ਸਾਰੇ ਇਹਨਾਂ ਦੇ ਸਥਾਈ ਭਾਵਤ ਨੂੰ ਯਾਦ ਹੋਣੇ ਚਾਹੀਦੇ ਆ ਤਾਂ ਸ਼ਾਂਤ ਰਸ ਦਾ ਜਿਹੜਾ ਸਥਾਈ ਭਾਵ ਹੋਏਗਾ ਉੱਛਾ ਹੋਏਗਾ ਬ੍ਰਾਗ ਹੋਏਗਾ ਔਰ ਸ਼ੋਕ ਹੋਏਗਾ ਔਰ ਸਤੀ ਹੋਏਗਾ ਅਰਤੀ ਸੋਰੀ ਤਾਂ ਆਨਸਰ ਹੋਏਗਾ ਇਸ ਦਾ ਨੰਬਰ 2 ਬਿਰਾਗ ਠੀਕ ਹੈ ਸ਼ਾਂਤ ਰਸ ਦਾ ਇਹਦਾ ਸਥਾਈ ਭਾਵ ਹੋਏਗਾ ਹੋਏਗਾ ਬਿਰਾਗ ਇਹ ਆਪਸ਼ਨਾਂ ਦੇ ਮਤਾਬਕ ਬਿਰਾਗ ਹੀ ਹੋਏਗਾ ਠੀਕ ਹੈ ਨੈਕਸਟ ਗੱਲ ਕਰ ਲੈਂਦੇ ਆ ਅ ਪੈਰੋਲ ਅਤੇ ਲੰਗ ਦਾ ਸੰਕਲਪ ਕਿਸ ਵਿਦਵਾਨ ਨੇ ਦਿੱਤਾ ਹੈ ਪੈਰੋਲ ਅਤੇ ਲਾਂਗ ਦਾ ਜਿਹੜਾ ਸੰਕਲਪ ਹੈ ਕਿਸ ਵਿਦਵਾਨ ਨੇ ਦਿੱਤਾ ਹੈ ਯਕ ਲਾਕਾ ਨੇ ਔਰ ਫਰਦੀ ਨਾਦੀ ਸੌਸੂਰ ਔਰ ਸੂਸਨ ਨੇ ਔਰ ਜੈਮਸਨ ਨੇ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਗਿਆ ਨੰਬਰ 2 ਠੀਕ ਹੈ ਫਰਦੀ ਨਾਦੀ ਦੁਆਰਾ ਔਰ ਨੈਕਸਟ ਆਏਗਾ ਲਾਂਗ ਦਾ ਲਾਸਟ ਕੁਐਸਚਨ ਹੈਗਾ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਜਦੋਂ ਵੀ ਅਸੀਂ ਨੈਕਸਟ ਵੀਡੀਓ ਲੈ ਕੇ ਆਇਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੇ ਇੱਕ ਉਸ ਦਾ ਨੋਟੀਫਿਕੇਸ਼ਨ ਆਵੇ ਤਾਂ ਕਿ ਤੁਸੀਂ ਬੈਲ ਆਈਕਨ ਨੂੰ ਜ਼ਰੂਰ ਦਬਲਿਓ ਠੀਕ ਹੈ ਔਰ ਤੁਹਾਨੂੰ ਵਧੀਆ ਲੱਗੀਏ ਕੋਸ਼ਿਸ਼ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਠੀਕ ਹੈ ਇਸ ਤਰ੍ਹਾਂ ਸਾਨੂੰ ਮੋਟੀਵੇਸ਼ਨ ਮਿਲਦਾ ਔਰ ਤੁਹਾਡੇ ਲਈ ਅਸੀਂ ਮੋਟੀਵੇਸ਼ਨ ਆਪਣੇ ਆਪ ਹੀ ਕ੍ਰੀਏਟ ਕਰਦੇ ਰਹਾਂਗੇ ਔਰ ਗੱਲ ਕਰਦੇ ਆਂ ਅੰਨੇ ਕੋੜੇ ਦਾ ਦਾਨ ਕਿਸ ਦੀ ਰਚਨਾ ਹੈ ਅੰਨੇ ਕੋੜੇ ਦਾ ਦਾਨ ਇੱਕ ਫਿਲਮ ਵੀ ਜਿਹੜੀ ਪੰਜਾਬੀ ਫਿਲਮ ਜਿਹੜੀ ਰਿਲੀਜ਼ ਹੋਈ ਹੈਗੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਜਿਹੜਾ ਤੁਹਾਡਾ ਇੰਟਰਸਟ ਵੱਧਦਾ ਹੈ ਔਰ ਆਪਣੇ ਸਾਹਿਤ ਦੇ ਵਿੱਚ ਔਰ ਗੱਲ ਕਰ ਸਕਦੇ ਹੋ ਅੰਨੇ ਕੋੜੇ ਦਾ ਦਾਨ ਕਿਸ ਦੀ ਰਚਨਾ ਹੈ ਅਜ਼ਮੀਰ ਔਲਖ ਦੀ ਹੈਗੀ ਬਲਦੇਵ ਸਿੰਘ ਦੀ ਹੈਗੀ ਔਰ ਗੁਰਦਿਆਲ ਸਿੰਘ ਦੀ ਹੈਗਾ ਰਾਮ ਸੂਪ ਅਣਖੀ ਦੀ ਹੈਗਾ ਤਾਂ ਇਸ ਦਾ ਰਾਈਟ ਆਨਸ ਗੁਰਦਾਲ ਸਿੰਘ ਦੀ ਜਿਹੜੀ ਹੈਗੀ ਇਹ ਰਚਨਾ ਹੈਗੀ ਆ ਅਨੇਕ ਕੋੜੇ ਦਾ ਦਾਨ ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਜਿਹੜੇ ਕੁਐਸਚਨਾਂ ਦਾ ਪੀਡੀਐਫ ਲੈਣਾ ਚਾਹੁੰਦੇ ਹੋ ਔਰ ਤੁਹਾਨੂੰ ਹਰ ਐਂਡ ਦੇ ਵਿੱਚ ਜਿਹੜਾ 100 ਕਵਚਨ ਤੋਂ ਬਾਅਦ ਇੱਕ ਪੀਡੀਐਫ ਤਿਆਰ ਕਰਕੇ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਔਰ ਇਸ ਤੋਂ ਪਹਿਲਾਂ ਜਿਹੜੇ 100 ਕਵਚਨ ਦਾ ਪੀਡੀਐਫ ਇੱਕ ਬਣਾ ਕੇ ਰੈਡੀ ਕੀਤਾ ਗਿਆ ਜੋ ਕਿ ਤੁਹਾਨੂੰ ਔਨਲੀ 10 ਰੁਪਏ ਦੇ ਵਿੱਚ ਬਿੱਤ ਸੋਲੂਸ਼ਨ ਮਿਲੇਗਾ ਔਰ 15 ਰੁਪਏ ਦੇ ਵਿੱਚ ਤੁਹਾਨੂੰ ਦੋਨੋਂ ਮਿਲਣਗੇ ਬਿਦਿਊਟ ਸੋਲੂਸ਼ਨ ਐਂਡ ਵਿਦ ਸੋਲੂਸ਼ਨ ਠੀਕ ਹੈ ਤਾਂ ਉਹ ਤੁਸੀਂ ਲੈਣ ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਇੱਕ ਲਿੰਕ ਦਿੱਤਾ ਉਸ ਵੀਡੀਓ ਤੇ ਜਾ ਕੇ ਉਸ ਵੀਡੀਓ ਨੂੰ ਤੁਸੀਂ ਸੁਣ ਸਕਦੇ ਹੋ ਔਰ ਕਿਸ ਤਰ੍ਹਾਂ ਤੁਸੀਂ ਉਹ ਪੀਡੀਐਫ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਆਸਾਂ ਕੀ ਵੀਡੀਓ ਬਤਲੇ ਕਿ ਮਿਲਦੇ ਹਾਂ ਖੋਰਨਾ ਵਿੱਚ ਵੀਡੀਓ ਲਗੇ ਥੈਂਕ ਯੂ ਸੋ ਮੈਟ ਟੇਕ ਕੇਅਰ ਬਾਏ ਬਾਏ